ਚੀਨ ਵਿੱਚ ਕੋਰੋਨਾ ਵਾਇਰਸ ਨੇ ਹੁਣ ਤੱਕ ਹਜ਼ਾਰਾਂ ਜ਼ਿੰਦਗੀਆਂ ਦੀ ਜਾਨ ਲਈ ਹੈ। ਇਸ ਨੂੰ ਰੋਕਣ ਲਈ ਕੋਈ ਦਵਾਈ ਜਾਂ ਯਤਨ ਨਹੀਂ ਮਿਲ ਰਿਹਾ ਤਾਂ ਉੱਥੇ ਹੀ ਆਪਣੀਆਂ ਜੜ੍ਹਾਂ ਨੂੰ ਫੈਲਾਉਂਦਾ ਜਾ ਰਿਹਾ ਹੈ। ਇਸ ਮਨੁੱਖੀ ਆਪਦਾ ਦੇ ਕਈ ਦਿਲ ਦਹਿਲਾਉਣ ਵਾਲੇ ਦ੍ਰਿਸ਼ ਸਾਹਮਣੇ ਆ ਰਹੇ ਹਨ। ਆਪਣੇ ਹਸਪਤਾਲਾਂ ਵਿੱਚ ਦਮ ਤੋੜ ਰਹੇ ਹਨ, ਪਰ ਪਰਿਵਾਰਾਂ ਦੇ ਨਾਲ ਇਹ ਸੰਕਟ ਹੈ ਕਿ ਉਹ ਉਹਨਾਂ ਨੂੰ ਦੇਖ ਤੱਕ ਨਹੀਂ ਪਾ ਰਹੇ। ਵਾਇਰਸ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਦੇਹਾਂ ਤੱਕ ਨਹੀਂ ਸੌਂਪੀਆਂ ਜਾ ਰਹੀਆਂ। ਪ੍ਰਸ਼ਾਸਨ ਦੇਹਾਂ ਦਾ ਖੁਦ ਸੰਸਕਾਰ ਕਰ ਰਿਹਾ ਹੈ ਅਤੇ ਸਿਰਫ ਉਹਨਾਂ ਦੀ ਰਾਖ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ। ਵਾਇਰਸ ਦੇ ਕੇਂਦਰ ਵੁਹਾਨ ਵਿੱਚ ਵੁਚਾਂਗ ਹਸਪੀਟਲ ਦੇ ਪ੍ਰੈਜ਼ੀਡੈਂਟ ਡਾਕਟਰ ਲਿਊ ਚਿਮਿੰਗ ਦੀ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ, ਪਰ ਉਹਨਾਂ ਦੇ ਪਰਿਵਾਰ ਸਾਹਮਣੇ ਇਹ ਸਥਿਤੀ ਅਜਿਹੀ ਸੀ ਕਿ ਉਹ ਉਹਨਾਂ ਦੀ ਦੇਹ ਤੱਕ ਨਹੀਂ ਦੇਖ ਪਾਏ। ਦੱਸ ਦਈਏ ਕਿ ਕੋਰੋਨਾ ਵਾਇਰਸ ਰੋਗ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲ ਰਿਹਾ ਹੈ। ਚਿਮਿੰਗ ਨੂੰ ਹਸਪਤਾਲ ਤੋਂ ਸੰਸਕਾਰ ਤੱਕ ਲਿਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਾ ਸਿਰਫ ਉਹਨਾਂ ਦਾ ਪਰਿਵਾਰ ਬਲਕਿ ਹਸਪਤਾਲ ਦੇ ਕਰਮਚਾਰੀ ਵੀ ਉਹਨਾਂ ਨੂੰ ਅਲਵਿਦਾ ਆਖਦੇ ਹੋਏ ਰੋ ਰਹੇ ਹਨ। ਬੰਦ ਗੱਡੀ ਵਿੱਚ ਉਹਨਾਂ ਦੀ ਲਾਸ਼ ਹਸਪਤਾਲ 'ਚੋਂ ਨਿਕਲਦੀ ਹੈ ਅਤੇ ਉਹਨਾਂ ਦੀ ਪਤਨੀ ਕਾਰ ਦੇ ਪਿੱਛੇ ਦੌੜਦੀ ਹੈ। ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਕਿਉਂਕਿ ਉਹ ਲਾਸ਼ ਦੇ ਸੰਪਰਕ ਵਿੱਚ ਆਉਂਦੀ ਤਾਂ ਉਹਨਾਂ ਨੂੰ ਵੀ ਕੋਰੋਨਾ ਵਾਇਰਸ ਹੋਣ ਦਾ ਸ਼ੱਕ ਹੋ ਜਾਂਦਾ। ਆਖਰੀ ਸਮੇਂ ਵਿੱਚ ਆਪਣੇ ਪਤੀ ਦਾ ਉਹ ਚਿਹਰਾ ਤੱਕ ਨਹੀਂ ਦੇਖ ਪਾਈ ਅਤੇ ਉਹਨਾਂ ਦੀ ਇਸ ਮਜਬੂਰੀ ਨੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਰੋਣ ਲਈ ਮਜਬੂਰ ਕਰ ਦਿੱਤਾ। ਚਿਮਿੰਗ ਮੰਨੇ ਪਰਮੰਨੇ ਨਿਊਰੋਲੋਜਿਸਟ ਸਨ। ਅਧਿਕਾਰਿਕ ਅੰਕੜਿਆਂ ਮੁਤਾਬਕ ਚੀਨ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 6 ਮੈਡੀਕਲ ਸਟਾਫ ਦੀ ਮੌਤ ਹੋ ਚੁੱਕੀ ਹੈ ਅਤੇ 1716 ਕਰਮੀ ਇਸ ਤੋਂ ਪੀੜਿਤ ਹਨ। ਸ਼ੁਰੂਆਤ ਵਿੱਚ ਇਸ ਖ਼ਬਰ ਨੂੰ ਚੀਨ ਵਿੱਚ ਦਬਾਉਣ ਦੀ ਕੋਸ਼ਿਸ਼ ਹੋਈ ਸੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।